ਲੀਡਰ ਆਫ ਦੀ ਪਰਸਨਲ ਹੋਂਦੇ ਨਾਲ ਰੰਜਿਸ਼ ਰੱਖਦੇ ਨੇ ਪਰਸਨਲ ਕਿਹੜੇ ਕੱਢ ਰਹਿਣੇ ਹੋਂਦੇ ਨਾਲ ਹੋਰ ਕੋਈ ਉਹ ਬੰਦਾ ਮੇਰੇ ਦੇਖਣ ਚ ਕੋਈ ਪਾਕਿਸਤਾਨ ਨਾਲ ਸੰਬੰਧ ਨਹੀਂ ਹੋਂਦੇ ਕੋਈ ਉਹ ਮੇਰੇ ਦੇਖਣ ਚ ਇਹੋ ਜਿਹਾ ਐਨਟੀਓ ਇੰਡੀਅਨ ਗਵਰਨਮੈਂਟ ਨਹੀਂ ਚੱਲਿਆ ਪੰਜਾਬ ਦੀ ਗੱਲ ਕਰਦਾ ਤਾਂ ਉਹਨਾਂ ਨੂੰ ਚੁੱਭਦਾ ਹੋਰ ਮੇਰੇ ਦੇਖਣ ਦੇ ਵਿੱਚ ਮਿਸਟਰ ਖੈਰੇ ਨੂੰ ਜਿਹੜਾ ਥਸਾਇਆ ਗਿਆ ਉਹ ਬਿਲਕੁਲ ਉਹ ਪ੍ਰੂਫ ਵੀ ਨਹੀਂ ਹੋਣਾ ਮੇਰੀ ਗੱਲ ਯਾਦ ਰੱਖਿਆ ਸੰਬੰਧ ਤਾਂ ਪ੍ਰੂਫ ਕਰੋਗੇ ਜਿਉਂ ਨੇ ਹਮਲਾ ਕੀਤਾ ਤੁਹਾਡੇ ਤੇ ਜੋ ਫੋਰਸ ਲੈ ਕੇ ਬੰਦਾ ਆ ਗਿਆ ਫਿਰ ਤਾਂ ਕਹੋਗੇ ਇੱਕ ਬੰਦੇ ਨੇ ਬਿੜਾ ਗੱਲ ਤੁਸੀਂ ਪਾਕਿਸਤਾਨ ਨਾਲ ਜੋੜ ਦੇਣਾ ਯਾਰ ਸਸੀ ਕਾਲ ਜੀ ਮੈਂ ਹਾਂ ਪਰਮਿੰਦਰ ਸਿੰਘ ਸਿੱਧੂ ਗੱਲ ਕਰਾਂਗੇ ਸੁਪਾਲ ਸਿੰਘ ਖਹਿਰੇ ਦੇ ਮਸਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਸੁਪਾਲ ਸਿੰਘ ਖਹਿਰੇ ਤੇ ਜਿਹੜਾ ਹੁਣ ਨਵਾਂ ਇੱਕ ਸੁਪਾਲ ਸਿੰਘ ਖਹਿਰਾ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਸੁਪਾਲ ਸਿੰਘ ਖਹਿਰਾ ਦੇ ਜਿਹੜੇ ਸਵੰਧ ਨੇ ਪਾਕਿਸਤਾਨ ਦੇ ਨਾਲ ਦੱਸੇ ਜਾ ਰਹੇ ਨੇ ਮੇਰੇ ਨਾਲ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨੇ ਖਾਰਾ ਸਾਹਿਬ ਅ ਪਿਛਲੇ ਕੁਝ ਦਿਨਾਂ ਤੋਂ ਸੁਖਪਾਲ ਸਿੰਘ ਖਹਿਰਾ ਜੇਲ੍ਹ ਦੇ ਵਿੱਚ ਬੰਦ ਰਹੇ ਹੁਣ ਦੋ ਦਿਨਾਂ ਦੇ ਪੁਲਸ ਰਿਮਾਂਡ ਦੇ ਵਿੱਚ ਸੀ ਉਹਨਾਂ ਨੇ ਕਿਹੜੇ ਸਬੰਧ ਨੇ ਪਾਕਿਸਤਾਨ ਦੇ ਨਾਲ ਉਹਨੇ ਦੱਸੇ ਜਾ ਰਹੇ ਨੇ ਉਹ ਨਹੀਂ ਕੋਈ ਕਿਸੇ ਦਾ ਸਬੰਧ ਨਹੀਂ ਉਹ ਦੋ ਤੇ ਤਿੰਨ ਵਾਰੀ ਮੈਂ ਪਾਕਿਸਤਾਨ ਚ ਗਿਆ ਸੀ ਤੇ ਉਧਰ ਦੇ ਲੋਕ ਬੜੇ ਵਧੀਆ ਨੇ ਨਨਕਾਣਾ ਸਾਹਿਬ ਕਰਕੇ ਹਰ ਸਿੱਖ ਦੀ ਤਮੰਨਾ ਉਧਰ ਜਾਣ ਦੀ ਜਿਨ੍ਹਾਂ ਦਾ ਪਛੋਕੜ ਪਾਕਿਸਤਾਨ ਦਾ ਮਿਲਣਾ ਚਾਹੁੰਦੇ ਨੇ ਸਾ ਹਿੰਦੁਸਤਾਨ ਦੀ ਹਕੂਮਤ ਨੂੰ ਹਮੇਸ਼ਾ ਹੀ ਸਿੱਖਾਂ ਨਾਲ ਇੱਕ ਗਿੜਾ ਰਿਹਾ ਹੈ ਕਿ ਇਹ ਆਪਦਾ ਪਛੋਕੜ ਕਿਉਂ ਨਹੀਂ ਭੁੱਲਦੇ ਸਿੱਖ ਆਪਦਾ ਪਛੋਕੜ ਨਹੀਂ ਭੁੱਲ ਸਕਦਾ ਉਹਨਾਂ ਨੇ ਰਾਜ ਕੀਤਾ ਲਾਹੌਰ ਤੋਂ ਲੈ ਕੇ ਜਮਰਾਉ ਦੇ ਕਿਲੇ ਤੇ ਕਰ ਰਾਜ ਰਿਹਾ ਸਾਡਾ ਲਾਹੌਰ ਤੋਂ ਲੈ ਕੇ ਤਿੱਬਤ ਦੀਆਂ ਪਹਾੜੀਆਂ ਤੇ ਕਰ ਰਾਜ ਰਿਹਾ ਹੈ ਜਦ ਵੀ ਸਿੱਖ ਬੋਲੇਗਾ ਤਾਂ ਪਾਕਿਸਤਾਨ ਦੇ ਵਾਇਆ ਹੀ ਗੱਲ ਕਰੇਗਾ ਕਿਉਂਕਿ ਉਹਦਾ ਰਾਜ ਉੱਥੇ ਰਿਹਾ ਬਾਬੇ ਨਾਨਕ ਦੀ ਧਰਤੀ ਉੱਥੇ ਰਹੀ ਜੇ ਕਿਸੇ ਨੂੰ ਕਾਲ ਆ ਜਾਂਦੀ ਹੈ ਇਹ ਨਾਲ ਦੀ ਨਾਲ ਜੋੜ ਦਿੰਦੇ ਨੇ ਕਿ ਪਾਕਿਸਤਾਨ ਨਾਲ ਸਬੰਧ ਨੇ ਯਾਰ ਸਬੰਧ ਤਾਂ ਪ੍ਰੂਫ ਕਰੋਗੇ ਜਿਉਂ ਨੇ ਹਮਲਾ ਕੀਤਾ ਤੁਹਾਡੇ ਤੇ ਜਿਉ ਫੋਰਸ ਲੈ ਕੇ ਬੰਦਾ ਆ ਗਿਆ ਫਿਰ ਤਾਂ ਕਹੋਗੇ ਇੱਕ ਬੰਦੇ ਨੇ ਬਿੜਾ ਗਲਤ ਤੁਸੀਂ ਪਾਕਿਸਤਾਨ ਨਾਲ ਜੋੜ ਦੇਣਾ ਯਾਰ ਉਹ ਸਾਡੇ ਉਲਟ ਵੀ ਕਿਹਾ ਸੀ ਕਾਂਗਰਸ ਦੇ ਪ੍ਰਧਾਨ ਨੇ ਵਿਧਾਨ ਸਭਾ ਦੇ ਵਿੱਚ ਕਿ ਅਮਰਤਪਾਲ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਸਬੰਧ ਆਈਐਸਆਈ ਨਾਲ ਨੇ ਇਹ ਤਾਂ ਮਜ਼ਾਕ ਹੈ ਰਿਮਾਂਡ ਲੈਣ ਵਾਸਤੇ ਉਸ ਬੰਦੇ ਨੂੰ ਬਦਨਾਮ ਕਰਨ ਵਾਸਤੇ ਜੋ ਮਰਜੀ ਬੋਲੋ ਐਕਚੁਅਲੀ ਕੀ ਹੈ ਲੀਡਰ ਆਫ ਦੀ ਪਰਸਨਲ ਹੋਂਦੇ ਨਾਲ ਰੰਜਿਸ਼ ਰੱਖਦੇ ਨੇ ਪਰਸਨਲ ਕਿਹੜੇ ਕੰਡ ਰਹਿਣੇ ਹੋਂਦੇ ਨਾਲ ਹੋਰ ਕੋਈ ਉਹ ਬੰਦਾ ਮੇਰੇ ਦੇਖਣ ਚ ਕੋਈ ਪਾਕਿਸਤਾਨ ਨਾਲ ਸਬੰਧ ਨਹੀਂ ਹੋਂਦੇ ਕੋਈ ਉਹ ਮੇਰੇ ਦੇਖਣ ਚ ਇਹੋ ਜਿਹਾ ਐਨਟੀਓ ਇੰਡੀਅਨ ਗਵਰਨਮੈਂਟ ਨਹੀਂ ਚੱਲਿਆ ਇੱਕੋ ਦੇਖੋ ਉਹ ਸਿਆਸੀ ਬਿਆਨ ਹੋਂਦੇ ਹੁੰਦੇ ਨੇ ਉਹ ਪੁੱਛਦਾ ਹੈ ਸਵਾਲ ਪੁੱਛਦਾ ਹੈ ਪੰਜਾਬ ਦੀ ਗੱਲ ਕਰਦਾ ਤਾਂ ਉਹਨਾਂ ਨੂੰ ਚੁੱਬਦਾ ਹੋਰ ਮੇਰੇ ਦੇਖਣ ਦੇ ਵਿੱਚ ਮਿਸਟਰ ਖੈਰੇ ਨੂੰ ਜਿਹੜਾ ਪਸਾਇਆ ਗਿਆ ਉਹ ਬਿਲਕੁਲ ਉਹ ਪ੍ਰੂਫ ਵੀ ਨਹੀਂ ਹੋਣਾ ਮੇਰੀ ਗੱਲ ਯਾਦ ਰੱਖਿਆ ਕਿਉਂਕਿ ਬਠਿੰਡੇ ਦੇ ਅੰਦਰ ਇਥੋਂ ਜ਼ਿਕਰ ਕੁਝ ਕੇਸਾਂ 'ਚ ਪਾਇਆ ਗਿਆ ਸੀ ਕਿ 5495 ਰੁਪਏ ਆਏ ਨੇ ਖਾਲਸਤਾਨ ਬਣਾਉਣ ਲਈ ਆਹ ਤਾਂ ਪੁਲਿਸ ਨਵਿਸਟਿਗੇਸ਼ਨ ਹੈ ਆਹ ਤਾਂ ਇਹਨਾਂ ਲੀਡਰਾਂ ਦੀ ਇਨਵਿਸਟਿਗੇਸ਼ਨ ਹੈ ਇਹਨਾਂ ਦੇ ਰਾਜ ਦੇ ਅੰਦਰ ਹੁੰਦੀ ਹੈ 5-5000 ਰੁਪਇਆ ਇਹ ਖਾਲਸਤਾਨ ਬਣਾਉਣ ਲਈ ਆਇਆ ਸੀ ਮਜ਼ਾਕ ਬਣਾਇਆ ਇਹਨਾਂ ਨੇ ਸੋ ਇਹ ਗੱਲਾਂ 'ਚ ਕੁਝ ਨਹੀਂ ਨਿਕਲਾ ਸੁਖਪਾਲ ਸਿੰਘ ਖਹਿਰੇ ਨੂੰ ਉਸ ਤਰ੍ਹਾਂ ਰਾਸ ਕਰਨਾ ਹੈ ਇਹਨਾਂ ਨੇ ਜਿਵੇਂ ਅਮਰਤਪਾਲ ਦੇ ਖਿਲਾਫ ਕੁਝ ਨਹੀਂ ਅਮਰਤਪਾਲ ਦੇ ਖਿਲਾਫ ਕੋਈ ਚੀਜ਼ ਨਹੀਂ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਅੱਗ ਲਾਈ ਜਿਨ੍ਹਾਂ ਨੇ ਇੱਕ ਤਰਫੇ ਨੂੰ ਇੱਕ ਫਿਰਕਾ ਨੂੰ ਗੋਲੀਆਂ ਮਾਰੀਆਂ ਉਹਨਾਂ ਤੇ ਐਨਐਸਏ ਨਹੀਂ ਲੱਗੀ ਸੋ ਪੰਜਾਬ ਦੇ ਅੰਦਰ ਕੋਈ ਵੀ ਪੰਜਾਬ ਦੇ ਭਲੇ ਦੀ ਗੱਲ ਕਰੇਗਾ ਪੰਜਾਬ ਦੇ ਹੱਕ ਦੀ ਗੱਲ ਕਰੇਗਾ ਤੇ ਉਹਦੇ ਉੱਪਰ ਇਹੋ ਜਿਹੇ ਦੋਸ਼ ਲੱਗਦੇ ਹੀ ਨੇ ਪਾਕਿਸਤਾਨ ਨਾਲ ਸੰਬੰਧ ਨੇ ਐਨਐਸਏ ਲਾਤੀ ਆਈਐਸਆਈ ਨਾਲ ਸੰਬੰਧ ਨੇ ਜਦੋਂ ਤੁਸੀਂ ਪੰਜਾਬ ਦੀ ਗੱਲ ਕਰੋਗੇ ਤੁਹਾਡੇ ਤੇ ਇਹੀ ਐਲੀਗੇਸ਼ਨ ਲੱਗਣੇ ਸੋ ਇਹ ਐਲੀਗੇਸ਼ਨ ਬਿਲਕੁਲ ਗਲਤ ਨੇ ਯਾਦ ਰੱਖਿਆ ਜੀ ਇੱਕ ਨਾ ਇੱਕ ਦਿਨ ਬੰਦਾ ਸਾਰੇ ਕਿਸੇ ਜੇ ਬਰੀ ਹੋਊਗਾ ਇੱਕਲ ਸਪੈਸ਼ਲ ਵੀ ਉਹਨਾਂ ਦੇ ਉੱਤੇ ਕੈਮਰਾ ਜਿਹੜਾ ਲਾਇਆ ਗਿਆ ਜੇਲ੍ਹ ਦੇ ਵਿੱਚ ਕੋਈ ਨਿਗਰਾਨੀ ਕੀਤੀ ਜਾ ਰਹੀ ਹੈ ਉਹਨਾਂ ਦੇ ਪੁੱਤਰ ਨੇ ਕਿਹਾ ਮਹਤਾਬ ਖੈਰਾ ਨੇ ਜੋ ਮਰਜ਼ੀ ਕਰ ਲੈਣ ਜੀ ਕਿਸੇ ਬੰਦੇ ਨੂੰ ਡੀਫੇਮ ਕਰਨਾ ਹੈ ਕਿਸੇ ਨੂੰ ਉਹਨੂੰ ਜਾਣ ਬੁੱਝ ਕੇ ਉਹਨੂੰ ਇਰੀਟੇਟ ਕਰਨਾ ਹੈ ਉਹਨੂੰ ਸੋਸਾਇਟੀ ਥੱਲੇ ਸੁੱਟਣਾ ਹੈ ਜੋ ਮਰਜ਼ੀ ਕਰ ਸਕਦੇ ਨੇ ਹਕੂਮਤਾਂ ਨੇ ਪਰ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਵਾਰੀ ਆਪਦੀ ਵੀ ਆ ਜਾਂਦੀ ਹੈ ਇਹ ਕਿਰਨ ਦੋ ਦੋ ਦਿਨਾਂ ਦਾ ਖਾਲਸਾ ਸਰ ਦੋ ਦਿਨਾਂ ਦਾ ਰਿਮਾਂਡ ਪੁਲਿਸ ਨੂੰ ਹਾਸਲ ਹੋਇਆ ਉਹ ਕਿਸ ਤਰੀਕੇ ਦੇ ਨਾਲ ਹੋਇਆ ਉਹ ਸਾਡੇ ਜਿਹੜੇ ਨੇ ਪੁਲਿਸ ਅਫਸਰ ਨੇ ਉਹ ਸਾਰੇ ਸਿਆਸੀ ਬੰਦਿਆਂ ਦੇ ਦਬਾਅ ਥੱਲੇ ਨੇ ਮੇਰੇ ਦੇਖਣ ਦੇਸ਼ ਦੇ ਵਿੱਚ ਰਿਮਾਂਡ ਦੀ ਲੋੜ ਹੀ ਨਹੀਂ ਤੁਹਾਨੂੰ ਪਹਿਲੇ ਤੁਹਾਡੀ ਇੰਟੈਲੀਜੈਂਸ ਕਿੱਥੇ ਸੁੱਤੀ ਹੋਈ ਸੀ ਤੁਹਾਨੂੰ ਪਹਿਲੇ ਪਤਾ ਹੀ ਨਹੀਂ ਲੱਗਾ ਕਿ ਇਹ ਬੰਦਾ ਕਿਸੇ ਇੰਦੇ ਨਾਲ ਸਬੰਧ ਨੇ ਬਾਹਰਲੇ ਦੇਸ਼ ਦੇ ਨਾਲ ਜਦੋਂ ਇਹ ਜੇਲ੍ਹ ਚਲੇ ਜਾਂਦਾ ਹੈ ਫਿਰ ਚੇਤਾ ਆਉਂਦਾ ਉਹ ਦੂਜੇ ਦੇ ਵਿੱਚ ਪਸਾਉਣਾ ਰਹਿ ਗਿਆ ਸੋ ਰੋਜ਼ ਦੀ ਗੇਮ ਹੈ ਉਹ ਇੱਕ ਵੱਡਾ ਬੰਦਾ ਆਪ ਨੂੰ ਪਤਾ ਲੱਗ ਗਿਆ ਇੱਥੇ ਰੋਜ਼ ਦੀ ਗੇਮ ਹੈ ਸਿੱਖ ਮੁੰਡਿਆਂ ਨਾਲ ਇਸ ਤਰ੍ਹਾਂ ਹੀ ਕਰ ਰਹੇ ਨੇ ਕਿਤੇ ਮਰਜ਼ੀ ਫੜ ਕੇ ਪਾ ਦਿੰਦੇ ਨੇ ਫਿਰ ਢਚਾਰੇ ਦੀ ਐਪਲੀਕੇਸ਼ਨ ਆ ਜਾਂਦੀ ਹੈ ਸੋ ਇਹ ਜਾਣ ਬੁਝ ਕੇ